ਬਠਿੰਡਾ ਦੇ CIA 1 ਵੱਲੋਂ 48,000 ਨਸ਼ੀਲੀਆਂ ਜਿਹੜੀਆਂ ਗੋਲੀਆਂ ਫੜੀਆਂ ਗਈਆਂ। ਸਾਡੇ ਨਾਲ ਗੱਲਬਾਤ ਕਰਨ ਲਈ DSP ਡੀ ਅਜੇ ਸ਼ਰਮਾ ਮੌਜੂਦ ਨੇ। ਗੱਲਬਾਤ ਕਰਦੇ ਉਹਨਾਂ ਨਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਸਰ। CIA 1 ਨੇ ਨਸ਼ੀਲੀਆਂ 48,000 ਗੋਲੀਆਂ ਫੜੀਆਂ, ਕੀ ਕਹਿਣਾ ਚਾਹੋਗੇ? ਬਹੁਤ ਵਧੀਆ ਰਿਕਵਰੀ ਹੈ ਜੀ। ਕਮਰਸ਼ੀਅਲ ਮਾਤਰਾ ਦਾ ਮੁਕੱਦਮਾ ਇਹ NDPS ਦਾ। 48,000 ਗੋਲੀ ਬਹੁਤ ਵੱਡੀ ਬਰਾਮਦਗੀ ਆ। ਇਹ 'ਚ 3 ਦੋਸ਼ੀ ਅਸੀਂ ਫੜੇ ਆ, ਹੋਂਡਾ ਸਿਟੀ ਕਾਰ ਸਮੇਤ, ਅਤੇ ਉਹਨਾਂ ਦਾ ਵਿਰੁੱਧ ਮੁਕੱਦਮਾ ਨੰਬਰ 61 ਦਰਜ ਕੀਤਾ ਥਾਣਾ ਸੰਗਤ ਦੇ ਵਿੱਚ, ਜੋ ਜਿਹੜੀ ਤਫਤੀਸ਼ ਹੈ ਅਤੇ ਉਹ 'ਤੇ ਕਾਰਵਾਈ ਜਾਰੀ ਆ ਉਹਦੇ 'ਚ। ਸਰ, ਜਿਹੜੇ ਨਸ਼ੀਲੇ ਪਦਾਰਥ ਇਸ ਤਰ੍ਹਾਂ ਦੇ ਵੇਚ ਰਹੇ ਹੈਗੇ ਆ, ਨਸ਼ੀਲੀਆਂ ਗੋਲੀਆਂ ਵੇਚ ਰਹੇ ਆ, ਇਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਉਹਨਾਂ ਨੂੰ ਸਖ਼ਤ ਮੈਸੇਜ ਆ ਜੀ, ਸਰਕਾਰ ਦਾ, ਮਾਨਯੋਗ DGP ਸਾਹਿਬ ਦਾ, SSP ਸਾਹਿਬ ਬਠਿੰਡਾ ਦਾ, ਵੀ ਜਿਹੜੇ ਵੀ ਅਜਿਹੇ ਕਾਰੋਬਾਰ ਕਰਦੇ ਨੇ ਉਹ ਕਾਰੋਬਾਰ ਛੱਡ ਜਾਣ। ਉਹਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਲਿਹਾਜ਼ ਨਹੀਂ ਕੀਤੀ ਜਾਊਗੀ, ਬਣਦੀ ਸਖ਼ਤ ਤੋਂ ਸਖ਼ਤ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਊਗੀ। ਨਸ਼ੀਲੇ ਪਦਾਰਥਾਂ ਦੀ ਕਮਾਈ ਨਾਲ ਚਾਹੇ ਵਹੀਕਲ ਬਣਾਇਆ ਜਾਂ ਕੋਈ ਹੋਰ ਪ੍ਰੋਪਰਟੀ ਬਣਾਈ ਆ, ਉਹ 'ਤੇ ਜੋ ਸਰਕਾਰ ਦੇ ਕਾਨੂੰਨ ਦੇ ਅਦਾਲਤ ਮੁਤਾਬਕ ਲੈ ਕੇ ਹੁਕਮ, ਬਣਦੀ ਸਖ਼ਤ ਕਾਰਵਾਈ ਕੀਤੀ ਜਾਊਗੀ। ਸਰ, ਇਹਨਾਂ ਦੋਸ਼ੀਆਂ 'ਤੇ ਜਿਹੜੇ 3 ਦੋਸ਼ੀ ਫੜੇ ਹੈਗੇ ਆ, ਇਹਨਾਂ 'ਤੇ ਕੋਈ ਪਹਿਲਾਂ ਵੀ ਮੁਕੱਦਮਾ ਦਰਜ? ਇਹਨਾਂ 'ਚ ਜਿਹੜਾ ਕੁਲਵੀਰ ਸਿੰਘ ਮਹਿਰਾਜ ਦਾ ਵਾ, ਇਹਦੇ ਸਦਰ ਰਾਮਪੁਰ 10,000 ਗੋਲੀਆਂ ਦਾ ਮੁਕੱਦਮਾ ਪਹਿਲਾਂ ਦਰਜ ਆ, ਜੋ ਅਦਾਲਤ ਵਿੱਚ ਜੇਰੇ ਸਮੈਤ ਆ। AC DSP ਡੀ ਰਜੇ ਸ਼ਰਮਾ, ਜਿਨ੍ਹਾਂ ਨੇ ਕਿਹਾ ਕਿ ਜੋ ਵਿਅਕਤੀ ਨਸ਼ੀਲੇ ਪਦਾਰਥ ਵੇਚ ਰਹੇ ਹਨ, ਉਹਨਾਂ ਨੂੰ ਉਹਨੇ ਸਖ਼ਤ ਵਾਰਨਿੰਗ ਦਿੱਤੀ ਕਿ ਨਸ਼ੀਲੇ ਪਦਾਰਥ ਵੇਚਣ ਵਾਲਿਆਂ ਦੇ ਖਿਲਾਫ਼ ਪੰਜਾਬ ਪੁਲਿਸ ਵੱਲੋਂ ਜਿਹੜੀ ਸਖ਼ਤ ਤੋਂ ਸਖ਼ਤ ਜਿਹੜੀ ਹੈ ਕਾਰਵਾਈ ਕੀਤੀ ਜਾਵੇਗੀ। ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਨਸ਼ੀਲੇ ਪਦਾਰਥਾਂ ਤੋਂ ਬਣਾਈ ਜਿਹੜੀ ਪ੍ਰੋਪਰਟੀ ਹੈ, ਉਹ ਵੀ ਉਹਨਾਂ ਦੀ ਜਿਹੜੀ ਸੀਜ਼ ਕੀਤੀ ਜਾਵੇਗੀ। ਕੈਮਰਾਮੈਨ ਸੂਜਲ ਦੇ ਨਾਲ ਮਨੋਜ ਚੱਕੀਵਾਲ, ਦੈਨਿਕ ਸਵੇਰਾ TV, ਬਠਿੰਡਾ। ਬਠਿੰਡਾ ਦੇ CIA 1 ਵੱਲੋਂ 48,000 ਨਸ਼ੀਲੀਆਂ ਜਿਹੜੀਆਂ ਗੋਲੀਆਂ ਫੜੀਆਂ ਗਈਆਂ। ਸਾਡੇ ਨਾਲ ਗੱਲਬਾਤ ਕਰਨ ਲਈ DSP ਡੀ ਅਜੇ ਸ਼ਰਮਾ ਮੌਜੂਦ ਨੇ। ਗੱਲਬਾਤ ਕਰਦੇ ਉਹਨਾਂ ਨਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਸਰ। CIA 1 ਨੇ ਨਸ਼ੀਲੀਆਂ 48,000 ਗੋਲੀਆਂ ਫੜੀਆਂ, ਕੀ ਕਹਿਣਾ ਚਾਹੋਗੇ? ਬਹੁਤ ਵਧੀਆ ਰਿਕਵਰੀ ਹੈ ਜੀ। ਕਮਰਸ਼ੀਅਲ ਮਾਤਰਾ ਦਾ ਮੁਕੱਦਮਾ ਇਹ NDPS ਦਾ। 48,000 ਗੋਲੀ ਬਹੁਤ ਵੱਡੀ ਬਰਾਮਦਗੀ ਆ। ਇਹ 'ਚ 3 ਦੋਸ਼ੀ ਅਸੀਂ ਫੜੇ ਆ, ਹੋਂਡਾ ਸਿਟੀ ਕਾਰ ਸਮੇਤ, ਅਤੇ ਉਹਨਾਂ ਦਾ ਵਿਰੁੱਧ ਮੁਕੱਦਮਾ ਨੰਬਰ 61 ਦਰਜ ਕੀਤਾ ਥਾਣਾ ਸੰਗਤ ਦੇ ਵਿੱਚ, ਜੋ ਜਿਹੜੀ ਤਫਤੀਸ਼ ਹੈ ਅਤੇ ਉਹ 'ਤੇ ਕਾਰਵਾਈ ਜਾਰੀ ਆ ਉਹਦੇ 'ਚ। ਸਰ, ਜਿਹੜੇ ਨਸ਼ੀਲੇ ਪਦਾਰਥ ਇਸ ਤਰ੍ਹਾਂ ਦੇ ਵੇਚ ਰਹੇ ਹੈਗੇ ਆ, ਨਸ਼ੀਲੀਆਂ ਗੋਲੀਆਂ ਵੇਚ ਰਹੇ ਆ, ਇਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਉਹਨਾਂ ਨੂੰ ਸਖ਼ਤ ਮੈਸੇਜ ਆ ਜੀ, ਸਰਕਾਰ ਦਾ, ਮਾਨਯੋਗ DGP ਸਾਹਿਬ ਦਾ, SSP ਸਾਹਿਬ ਬਠਿੰਡਾ ਦਾ, ਵੀ ਜਿਹੜੇ ਵੀ ਅਜਿਹੇ ਕਾਰੋਬਾਰ ਕਰਦੇ ਨੇ ਉਹ ਕਾਰੋਬਾਰ ਛੱਡ ਜਾਣ। ਉਹਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਲਿਹਾਜ਼ ਨਹੀਂ ਕੀਤੀ ਜਾਊਗੀ, ਬਣਦੀ ਸਖ਼ਤ ਤੋਂ ਸਖ਼ਤ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਊਗੀ। ਨਸ਼ੀਲੇ ਪਦਾਰਥਾਂ ਦੀ ਕਮਾਈ ਨਾਲ ਚਾਹੇ ਵਹੀਕਲ ਬਣਾਇਆ ਜਾਂ ਕੋਈ ਹੋਰ ਪ੍ਰੋਪਰਟੀ ਬਣਾਈ ਆ, ਉਹ 'ਤੇ ਜੋ ਸਰਕਾਰ ਦੇ ਕਾਨੂੰਨ ਦੇ ਅਦਾਲਤ ਮੁਤਾਬਕ ਲੈ ਕੇ ਹੁਕਮ, ਬਣਦੀ ਸਖ਼ਤ ਕਾਰਵਾਈ ਕੀਤੀ ਜਾਊਗੀ। ਸਰ, ਇਹਨਾਂ ਦੋਸ਼ੀਆਂ 'ਤੇ ਜਿਹੜੇ 3 ਦੋਸ਼ੀ ਫੜੇ ਹੈਗੇ ਆ, ਇਹਨਾਂ 'ਤੇ ਕੋਈ ਪਹਿਲਾਂ ਵੀ ਮੁਕੱਦਮਾ ਦਰਜ? ਇਹਨਾਂ 'ਚ ਜਿਹੜਾ ਕੁਲਵੀਰ ਸਿੰਘ ਮਹਿਰਾਜ ਦਾ ਵਾ, ਇਹਦੇ ਸਦਰ ਰਾਮਪੁਰ 10,000 ਗੋਲੀਆਂ ਦਾ ਮੁਕੱਦਮਾ ਪਹਿਲਾਂ ਦਰਜ ਆ, ਜੋ ਅਦਾਲਤ ਵਿੱਚ ਜੇਰੇ ਸਮੈਤ ਆ। AC DSP ਡੀ ਰਜੇ ਸ਼ਰਮਾ, ਜਿਨ੍ਹਾਂ ਨੇ ਕਿਹਾ ਕਿ ਜੋ ਵਿਅਕਤੀ ਨਸ਼ੀਲੇ ਪਦਾਰਥ ਵੇਚ ਰਹੇ ਹਨ, ਉਹਨਾਂ ਨੂੰ ਉਹਨੇ ਸਖ਼ਤ ਵਾਰਨਿੰਗ ਦਿੱਤੀ ਕਿ ਨਸ਼ੀਲੇ ਪਦਾਰਥ ਵੇਚਣ ਵਾਲਿਆਂ ਦੇ ਖਿਲਾਫ਼ ਪੰਜਾਬ ਪੁਲਿਸ ਵੱਲੋਂ ਜਿਹੜੀ ਸਖ਼ਤ ਤੋਂ ਸਖ਼ਤ ਜਿਹੜੀ ਹੈ ਕਾਰਵਾਈ ਕੀਤੀ ਜਾਵੇਗੀ। ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਨਸ਼ੀਲੇ ਪਦਾਰਥਾਂ ਤੋਂ ਬਣਾਈ ਜਿਹੜੀ ਪ੍ਰੋਪਰਟੀ ਹੈ, ਉਹ ਵੀ ਉਹਨਾਂ ਦੀ ਜਿਹੜੀ ਸੀਜ਼ ਕੀਤੀ ਜਾਵੇਗੀ। ਕੈਮਰਾਮੈਨ ਸੂਜਲ ਦੇ ਨਾਲ ਮਨੋਜ ਚੱਕੀਵਾਲ, ਦੈਨਿਕ ਸਵੇਰਾ TV, ਬਠਿੰਡਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।